ਫਿਰ ਸਰਕਾਰ ਕਿਸੇ ਠੀਕ ਡਿਸੀਜਨ ਲੈ ਕੇ ਪਹਿਲਾ ਟਾਈਮ ਹੀ ਸ਼ੁਰੂ ਤੋਂ ਹੀ ਠੀਕ ਫੈਸਲਾ ਲੈ ਲੈਂਦੀ ਤਾਂ ਪਰਮਾਤਮਾ ਕਿਰਪਾ ਕਰਦਾ, ਸ਼ਾਇਦ ਜ਼ਿੰਦਗੀ ਬਚ ਸਕਦੀ ਸੀ। ਹਰ ਚੀਜ਼ ਹੈ ਪਰਮਾਤਮਾ ਦੇ ਹੱਥ, ਲੇਕਿਨ ਸਰਕਾਰ ਦੀ ਬਹੁਤ ਵੱਡੀ ਰੰਗੈਲੀ ਹੈ ਅਤੇ ਬਹੁਤ ਵੱਡਾ ਦੁਖਾਂਤ ਹੈ ਪਰਮਾਤਮਾ ਵੱਲੋਂ ਇਹ ਪਾਣਾ ਜਿਹੜਾ ਵਰਤਿਆ, ਇਹਦਾ ਜਿੰਨਾ ਵੀ ਦੁੱਖ ਮਨਾਇਆ ਜਾਵੇ ਉਨਾ ਥੋੜ੍ਹਾ ਹੈ। ਜਿਸ ਤਰ੍ਹਾਂ ਇਹਨਾਂ ਦੇ ਮੰਤਰੀਆਂ ਦੇ ਬਿਆਨ ਆ ਰਿਹਾ ਵੀ ਪਰਿਵਾਰ 'ਤੇ ਮਾਮਲਾ ਦਰਜ ਹੋਣਾ ਚਾਹੀਦਾ, ਜਾਂ ਹੁਣ ਅਜੇ ਕਾਂਗੜ ਦਾ ਬਿਆਨ ਆਇਆ ਵੀ ਪਰਮਾਤਮਾ ਦਾ ਭਾਣਾ ਸੀ, ਇਸ ਤਾਂ ਪਾਪੜ ਬਹੁਤ ਵੇਲੇ ਜੀ, ਕੀ ਤੁਹਾਨੂੰ ਲੱਗਦਾ ਪਾਪੜ ਵੇਲੇ ਉਹਨਾਂ ਨੇ ਕੁਛ ਕੀਤਾ ਇਸ ਤਰ੍ਹਾਂ? ਜੇ ਕਿਸੇ ਵਜ਼ੀਰ ਨੇ ਕਿਹਾ ਕਿ ਪਰਿਵਾਰ 'ਤੇ ਪਰਚਾ ਦਰਜ ਹੋਵੇ, ਮੈਂ ਕਹਿੰਦਾ ਇਸ ਤੋਂ ਵੱਧ ਕਿਸਮਤੀ ਕੋਈ ਨਹੀਂ। ਇਹ ਤਾਂ ਫਿਰ ਉਸ ਵਜ਼ੀਰ ਨੂੰ, ਲੋਕਾਂ ਨੂੰ ਹੀ ਜਵਾਬਦੇਹ ਹੋਣਾ ਚਾਹੀਦਾ, ਪਬਲਿਕ ਹੀ ਪੁੱਛੇ ਕਿ ਕੀ ਇਹੋ ਜਿਹੇ ਕਾਬਲ ਵਜ਼ੀਰ ਨੇ ਇਹਨਾਂ ਕੋਲ ਜਿਹੜੇ ਕਹਿੰਦੇ ਨੇ ਕਿ ਐਡਾ ਵੱਡਾ ਦੁਖਾਂਤ ਹੋ ਗਿਆ ਅਤੇ ਉਲਟਾ ਉਹ ਪਰਿਵਾਰ ਦੋਸ਼ੀ ਬਣ ਗਿਆ। ਇਹ ਤਾਂ ਕਿਸੇ ਦਾ ਵੀ ਭਾਣਾ ਬਣ ਜਾਂਦਾ, ਕਿਸੇ 'ਤੇ ਵੀ ਕੋਈ ਤਕਲੀਫ ਆ ਜਾਂਦੀ ਹੈ। ਇਹ ਕਿਤੇ ਹਰ ਵੇਲੇ ਹੁੰਦਾ, ਖੂਹਾਂ 'ਚ ਬੱਚੇ ਡਿੱਗਦੇ ਆ, ਨਹਿਰਾਂ 'ਚ ਡਿੱਗਦੇ ਆ, ਵੱਡੇ ਬੰਦੇ ਡਿੱਗਦੇ ਆ, ਤਾਂ ਮਤਲਬ ਪਰਿਵਾਰਾਂ ਦੇ ਪਰਚੇ ਦਰਜ ਹੁੰਦੇ। ਇਸ ਕਰਕੇ ਜੇ ਉਹਦਾ ਬਿਆਨ ਆਇਆ ਤਾਂ ਇਦੋਂ ਬਦਕਿਸਮਤ ਦੀ ਕੋਈ ਨਹੀਂ ਕਿ ਫਿਰ ਤਾਂ ਇਹ ਸਰਕਾਰ ਦਾ ਰੱਬ ਹੀ ਰੱਖ ਹੈ। ਦੇਖੋ, ਮੇਨ ਜ਼ਿੰਮੇਵਾਰੀਆਂ ਇਹੋ ਜਿਹੇ ਕੰਮਾਂ 'ਤੇ ਸਰਕਾਰ ਦੀਆਂ ਹੁੰਦੀਆਂ, ਕਿਉਂਕਿ ਘਟਨਾ ਤਾਂ ਚਨਚੇਤਰ ਵਾਪਰ ਗਈ, ਉਹ ਤਾਂ ਕਿਸੇ ਦੇ ਵਸਦਾ ਰੋਗ ਨਹੀਂ ਸੀ, ਕਿਸੇ ਨੂੰ ਪਤਾ ਹੀ ਨਹੀਂ ਸੀਗਾ। ਪਰ ਐਡੀ ਛੋਟੀ ਉਮਰ ਦਾ ਬੱਚਾ ਸੀ, ਐਡੇ ਬੋਰ ਦੇ ਵਿੱਚ ਡਿੱਗ ਪਿਆ ਅਤੇ ਗਰਮੀ ਇੰਨੀ ਜ਼ਿਆਦਾ, ਇਹ ਦਿਸਦਾ ਸੀ ਕਿ ਇੰਨੇ ਦਿਨ ਨਹੀਂ ਕੱਟ ਸਕੇਗਾ, ਕੋਈ ਐਡੀ ਛੋਟੀ ਜਿਹੜੀ ਜਾਨ ਹੁੰਦੀ ਹੈ ਇੰਨੇ ਲੰਮਾ ਸਮਾਂ ਨਹੀਂ ਕੱਟ ਸਕਦਾ। ਇਹ ਸਰਕਾਰ ਨੂੰ ਜਿਹੜਾ ਅਗਲਾ ਦਿਨ ਸੀ, ਉਹਦੇ ਤਾਂ ਚਲੋ ਸ਼ਾਮ ਹੋ ਗਈ ਸੀ, ਕਿਸੇ ਦੇ ਵਸਦਾ ਰੋਗ ਸੀ, ਅਗਲੇ ਦਿਨ ਹਰ ਹੀਲਾ ਵਰਤ ਦੇਣਾ ਚਾਹੀਦਾ ਸੀ। ਇਹਦੇ 'ਚ ਕੋਈ ਦੋ ਰਿਹਾ ਨਹੀਂ ਕਿ ਸਰਕਾਰ ਦੀ ਢਿੱਲ ਤਾਂ ਹੋਈ ਹੈ, ਇਹਦੇ 'ਚ ਕੋਈ ਦੋ ਰਿਹਾ ਨਹੀਂ। ਸਰਕਾਰ ਨੇ ਇਹਨੂੰ ਸੀਰੀਅਸ ਲਿਆ ਹੀ ਨਹੀਂ, ਸਹੀ ਮਿਣੇ 'ਚ ਸੀਰੀਅਸ ਨਹੀਂ ਲਿਆ, ਡੰਗ ਟਪਾਊ ਨੀਤੀ ਇਖਤਿਆਰ ਕੀਤੀ ਹੈ। ਜਿਹੜਾ ਮਾਲ ਮੰਤਰੀ ਹੈ ਉਹਦੇ ਥੱਲੇ ਹੀ ਆਉਂਦਾ ਮਹਿਕਮਾ, ਉਹਦਾ ਉੱਥੇ ਨਾ ਹੀ ਆਉਣਾ ਕਿੱਡੀ ਵੱਡੀ ਗੱਲ ਹੈ, ਕਿੱਡੀ ਅਣਗਹਿਲੀ ਹੈ ਕਿ ਨਾ ਆਉਣਾ। ਫਿਰ ਜੀ ਅਮਰਿੰਦਰ ਸਿੰਘ ਕਿਹੜਾ ਖੂਹ ਬੋਰ 'ਚੋਂ ਵੜ ਕੇ ਕੱਢ ਲੈਂਦਾ, ਜਾਂ ਅਸੀਂ ਤਾਂ ਪਾਪੜ ਬਥੇਰੇ ਵੇਲੇ ਹੈ। ਇਹ ਡਿਊਟੀ ਹੈ ਸਰਕਾਰ ਦੀ, ਕੋਈ ਸਾਨ ਕਰਦੇ ਹਾਂ ਅਸੀਂ ਕਿਸੇ ਦੇ ਸਿਰ? ਸਾਨੂੰ ਸਰਕਾਰ ਜੇ ਮਿਲੀ ਹੈ ਜਾਂ ਅਸੀਂ ਵਜ਼ੀਰ ਬਣੇ ਹਾਂ, ਲੋਕਾਂ ਨੇ ਬਣਾਇਆ, ਇਸੇ ਕੰਮਾਂ ਵਾਸਤੇ ਬਣਾਇਆ ਕਿ ਅਸੀਂ ਆਪਣੀ ਡਿਊਟੀ ਨਿਭਾਈਏ। ਅਤੇ ਜਿਵੇਂ ਇੱਕ ਵਜ਼ੀਰ ਦਾ ਬਿਆਨ ਆ ਗਿਆ ਕਿ ਜੀ ਪਰਿਵਾਰ 'ਤੇ ਪਰਚਾ ਦਿਓ, ਕਿੱਡੀ ਨੀਵੀਂ ਪੱਧਰ ਦੀ ਗੱਲ ਕੀਤੀ ਹੈ। ਸੋ ਇਸ ਕਰਕੇ ਇਹ ਜਿਹੀਆਂ ਗੱਲਾਂ ਸੋਭਦੀਆਂ ਨਹੀਂ ਹੈਗੀਆਂ, ਜਿਹੜੀਆਂ ਲੋਕਾਂ ਨੂੰ ਆਪਣੀ ਡਿਊਟੀ ਜੇ ਕਿਤੇ ਗਲਤੀ ਹੋਈ ਹੈ ਤਾਂ ਉਹਨੂੰ ਮੰਨਣੀ ਚਾਹੀਦੀ ਹੈ। ਅਸੀਂ ਤਾਂ ਕਹਿੰਦੇ ਮੁੱਖ ਮੰਤਰੀ ਨੂੰ ਮੰਨਣੀ ਚਾਹੀਦੀ, ਓਪਲੀ ਡੀ ਸੀ ਐਸ ਐਸ ਪੀ ਨੇ ਤਾਂ ਹੱਥ ਬੰਨੇ ਹੁੰਦੇ, ਉਨਾ ਹੀ ਕਰਨਾ ਹੁੰਦਾ ਜਿੰਨਾ ਸਰਕਾਰ ਦੀਆਂ ਡਾਇਰੈਕਸ਼ਨਾਂ ਆਉਂਦੀਆਂ ਨੇ। ਅਤੇ ਉਹ ਸਰਕਾਰ ਦੀ ਡਿਊਟੀ ਬਣਦੀ ਸੀ, ਮੁੱਖ ਮੰਤਰੀ ਦੀ ਡਿਊਟੀ ਬਣਦੀ ਸੀ, ਜੇ ਹਰਿਆਣੇ ਵਾਲੇ ਕੱਢ ਸਕਦੇ ਆ, ਜੇ ਮਹਾਰਾਸ਼ਟਰ ਵਾਲੇ ਕੱਢ ਸਕਦੇ ਆ, ਜੇ ਮੱਧ ਪ੍ਰਦੇਸ਼ ਵਾਲੇ ਕੱਢ ਸਕਦੇ ਆ, ਤਾਂ ਇਹਨਾਂ ਤੋਂ ਕਿਉਂ ਨਹੀਂ ਨਿਕਲਿਆ? ਕੱਢ ਸਕਦੇ ਸੀ। ਲਾਪਰਵਾਹੀ ਜਾਂ ਢਿੱਲ ਵਰਤੀ ਗਈ ਹੈ ਜਿਹਦੇ ਕਰਕੇ ਐਡਾ ਵੱਡਾ ਨੁਕਸਾਨ ਹੋਇਆ। ਹੁਣ ਬੱਚਾ ਤਾਂ ਆਉਂਦਾ ਨਹੀਂ, ਗਲਤੀਆਂ ਇਹਨਾਂ ਨੇ ਕੀਤੀਆਂ ਨੇ। ਪਬਲਿਕਲੀ ਇਹਨਾਂ ਨੂੰ, ਮੁੱਖ ਮੰਤਰੀ ਜੀ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ ਲੋਕਾਂ ਤੋਂ, ਜਿਹੜੀ ਬਹੁਤ ਵੱਡੀ ਬਲੰਡਰ ਇਹਨਾਂ ਤੋਂ ਢਿੱਲ ਹੋਈ ਹੈ, ਗਲਤੀ ਕੀਤੀ ਹੈ ਇਹਨਾਂ ਨੇ, ਸੀਰੀਅਸ ਨਹੀਂ ਲਿਆ ਇਸ ਗੱਲ ਨੂੰ। ਨਹੀਂ, ਕਾਰਵਾਈ ਤਾਂ ਵੇਖੋ ਇਹਨੂੰ ਗਾਹਾਂ ਪੜਤਾਲ ਕਰਨ ਦੀ ਲੋੜ ਹੈ ਕਿ ਗਾਹਾਂ ਕਿੱਥੇ ਕਿੱਥੇ ਕਿਸੇ ਤੋਂ ਕਿਹਤੋਂ ਗਲਤੀ ਹੋਈ ਹੈ। ਇੱਕਦਮ ਤਾਂ ਆਪਾਂ ਕਿਸੇ ਨੂੰ ਕੁਛ ਨਹੀਂ ਨਾ ਕਰ ਸਕਦੇ ਗੇ। ਗਲਤੀ ਤਾਂ ਮੈਂ ਤਾਂ ਕਹਿੰਦਾ ਜ਼ਿੰਮੇਵਾਰੀ ਸਰਕਾਰ 'ਤੇ ਆਉਂਦੀ ਹੈ ਸਾਰੀ, ਕਿਉਂਕਿ ਹਰ ਗੱਲ ਦਾ ਸਰਕਾਰ ਕੋਲ ਸਾਧਨ ਹੈ। ਸਰਕਾਰ ਨੇ ਡੀ ਸੀ ਦੇ ਮੰਗੇ ਤੋਂ ਕਿਸੇ ਨੇ ਕੁਛ ਨਹੀਂ ਸੀ ਦੇਣਾ, ਜੇ ਮੁੱਖ ਮੰਤਰੀ ਕੋਈ ਚੀਜ਼ ਕਿਤੋਂ ਵੀ ਮੰਗ ਲੈਂਦਾ ਤਾਂ ਘਾਟਿਆਂ 'ਤੇ ਆ ਜਾਣੀ ਸੀ। ਇਸ ਕਰਕੇ ਡਿਊਟੀ ਜ਼ਿਆਦਾ ਗੌਰਮੈਂਟ ਦੀ, ਮੁੱਖ ਮੰਤਰੀ ਦੀ ਪਹਿਲੀ ਡਿਊਟੀ ਹੈ, ਸੈਕਿੰਡ ਉਹਦੇ ਵਜ਼ੀਰਾਂ ਦੀ ਡਿਊਟੀ ਹੈ, ਉਸ ਮਹਿਕਮੇ ਦੇ ਵਜ਼ੀਰ ਦੀ ਡਿਊਟੀ ਹੈ, ਉਹਦੇ 'ਚ ਫੇਲਿਓਰ ਹੋਏ ਨੇ ਸਾਰੇ, ਇਹਦੇ 'ਚ ਕੋਈ ਦੋ ਰਿਹਾ ਨਹੀਂ। ਸਰਕਾਰ ਆ ਗਈ ਧੜੇਬੰਦੀ 'ਚ ਬਹੁਤ। ਵੈਸੇ ਤਾਂ ਮੁੱਖ ਮੰਤਰੀ ਦਾ ਏਜੰਡਾ ਹੈ ਕਿਸੇ ਨੂੰ ਮਹਿਕਮਾ ਦੇਣਾ ਨਾ ਦੇਣਾ, ਵਜ਼ੀਰ ਬਣਾਉਣਾ ਨਾ ਬਣਾਉਣਾ, ਉਹਦਾ ਏਜੰਡਾ ਹੈ। ਪਰ ਆ ਗਏ ਆ, ਧੜੇਬੰਦੀਆਂ ਬਣ ਗਈਆਂ ਨੇ। ਮੁੱਖ ਮੰਤਰੀ ਦਾ ਇੱਕ ਧੜਾ ਬਣ ਗਿਆ, ਇੱਕ ਮੁੱਖ ਮੰਤਰੀ ਦਾ ਵਿਰੋਧੀ ਧੜਾ ਬਣ ਗਿਆ, ਕਾਫੀ ਵੱਡੇ ਧੜੇਬੰਦੀ ਬਣ ਗਈ ਹੈ ਕਾਂਗਰਸ ਪਾਰਟੀ ਦੇ ਵਿੱਚ। ਹੈਰਾਨੀ ਦੀ ਗੱਲ ਇਹ, ਇਸ ਗੱਲਾਂ 'ਤੇ ਲੜਦੇ ਨੇ ਕਿ ਮਹਿਕਮਾ ਮੈਨੂੰ ਚੰਗਾ ਮਾੜਾ ਨਹੀਂ ਮਿਲਿਆ।
ਕੰਮ ਕਰਨਾ ਹੁੰਦਾ ਵਜ਼ੀਰ ਨੇ ਮਹਿਕਮਾ ਤਾਂ ਕੋਈ ਹੋਵੇ ਸਾਰਿਆਂ 'ਚ ਹੀ ਕੰਮ ਕਰ ਸਕਦਾ ਬੰਦਾ, ਜੇ ਕੰਮ ਕਰਨਾ ਚਾਹਵੇ ਤਾਂ ਹਰ ਮਹਿਕਮੇ 'ਚ ਹੀ ਕਰ ਸਕਦਾ, ਪਤਾ ਨਹੀਂ ਚੰਗਾ ਮਾੜਾ ਮਹਿਕਮਾ ਕਿਵੇਂ ਹੁੰਦਾ ਅਤੇ ਇਹਨਾਂ ਨੂੰ ਵੀ ਪਤਾ ਕਾਂਗਰਸ ਵਾਲਿਆਂ ਨੂੰ ਵੀ ਚੰਗਾ ਮਾੜਾ ਕਿਵੇਂ ਮਹਿਕਮਾ ਹੁੰਦਾ। ਸੋ ਜਿੱਥੇ ਮਹਿਕਮੇ ਪਿੱਛੇ ਲੜੀ ਜਾਂਦੇ ਆ ਇੱਥੋਂ ਆਪਾਂ ਨੂੰ ਲੱਗਦਾ ਵੀ ਸੇਵਾ ਦਾ ਧਿਆਨ ਘੱਟ ਆ ਅਤੇ ਵੇਵੇ ਵੱਲ ਜ਼ਿਆਦਾ।